ਹਿਪਨੋਟਾਈਜ਼ ਕਰਕੇ ਪ੍ਰਿੰਸੀਪਲ ਦੇ ਨਾਲ ਮਾਰੀ ਵੱਡੀ ਠੱਗੀ। ਰਾਸਤਾ ਪੁੱਛਣ ਦੇ ਬਹਾਨੇ ਮਹਿਲਾ ਨਾਲ ਸ਼ੁਰੂ ਕੀਤੀ ਗੱਲਬਾਤ, ਫਿਰ ਗੱਲਾਂ-ਗੱਲਾਂ ਦੇ ਵਿੱਚ ਕਰ ਲਿਆ ਹਿਪਨੋਟਾਈਜ਼। ਮਹਿਲਾ ਨੇ ਖੁਦ ਉਤਾਰ ਕੇ ਦਿੱਤੇ ਆਪਣੇ ਗਹਿਣੇ ਅਤੇ ਪਰਸ। ਜਦੋਂ ਤੱਕ ਆਇਆ ਹੋਸ਼, ਠੱਗ ਹੋ ਗਿਆ ਸੀ ਫਰਾਰ। ਦੱਸਦੇ ਕਿ ਅਕਸਰ ਲੋਕਾਂ ਦੇ ਨਾਲ ਚੋਰੀਆਂ ਬੰਦੂਕ ਦੀ ਨੋਕ ਤੇ ਜਾਂ ਖਾਲੀ ਘਰ ਜਿਸਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਉੱਥੇ ਵੇਖਦੇ ਹਾਂ। ਪਰ ਹੁਣ ਤਾਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਠੱਗ ਨੇ ਚੋਰੀ ਕਰਨ ਦੇ ਲਈ ਮਹਿਲਾ ਨੂੰ ਹਿਪਨੋਟਾਈਜ਼ ਕਰ ਦਿੱਤਾ, ਜਿਸ ਤੋਂ ਬਾਅਦ ਮਹਿਲਾ ਆਪਣੀ ਮਰਜ਼ੀ ਦੇ ਨਾਲ ਉਸਨੂੰ ਆਪਣੇ ਸਾਰੇ ਗਹਿਣੇ ਉਤਾਰ ਕੇ ਦਿੰਦੀ ਹੈ ਤੇ ਨਾਲ ਹੀ ਆਪਣਾ ਪਰਸ ਵੀ ਦੇ ਦਿੰਦੀ ਹੈ, ਜਿਸ ਦੇ ਵਿੱਚ ਉਸਦੇ ਪੈਸੇ ਅਤੇ ਮੋਬਾਈਲ ਮੌਜੂਦ ਹੁੰਦਾ ਹੈ। ਤੇ ਮਹਿਲਾ ਨੂੰ ਜਦੋਂ ਤੱਕ ਹੋਸ਼ ਆਉਂਦਾ ਹੈ, ਇਹ ਠੱਗ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਤਾਂ ਦੱਸ ਦਈਏ ਕਿ ਮਹਿਲਾ ਸਕੂਲ ਦੇ ਵਿੱਚ ਪ੍ਰਿੰਸੀਪਲ ਹੈ ਤੇ ਜਦੋਂ ਉਹ ਰਸਤੇ ਦੇ ਵਿੱਚ ਜਾ ਰਹੀ ਹੁੰਦੀ ਹੈ ਤਾਂ ਦੋ ਸ਼ਖਸ ਮਹਿਲਾ ਨੂੰ ਰੋਕਦੇ ਨੇ ਤੇ ਉਸ ਤੋਂ ਕਿਸੇ ਦਾ ਘਰ ਦਾ ਪਤਾ ਪੁੱਛਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਹਰਿਦੁਆਰ ਤੋਂ ਆਏ ਹਾਂ ਤੇ ਉਹਨਾਂ ਦੀ ਮਦਦ ਕਰੋ। ਇਸੇ ਦੌਰਾਨ ਠੱਗ ਮਹਿਲਾ ਨੂੰ ਹਿਪਨੋਟਾਈਜ਼ ਕਰ ਲੈਂਦਾ ਹੈ, ਜਿਸ ਤੋਂ ਬਾਅਦ ਮਹਿਲਾ ਉਸਨੂੰ ਖੁਦ ਆਪਣਾ ਪਰਸ, ਮੋਬਾਈਲ ਫੋਨ ਅਤੇ ਗਹਿਣੇ ਉਤਾਰ ਕੇ ਉਸਦੇ ਹਵਾਲੇ ਕਰ ਦਿੰਦੀ ਹੈ। ਮਹਿਲਾ ਨੇ ਦੱਸਿਆ ਕਿ ਠੱਗ ਉਸਦੇ ਕੋਲੋਂ 4 ਸੋਨੇ ਦੀਆਂ ਚੂੜੀਆਂ, 2 ਅੰਗੂਠੀਆਂ, ਕੰਨ ਦੀਆਂ ਬਾਲੀਆਂ, ਪਰਸ, ਮੋਬਾਈਲ ਫੋਨ ਲੈ ਕੇ ਫਰਾਰ ਹੋਏ ਨੇ। ਅਤੇ ਕੁਝ ਮਿੰਟਾਂ ਬਾਅਦ ਜਦੋਂ ਮਹਿਲਾ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸਨੇ ਇਹ ਕੀ ਕਰ ਦਿੱਤਾ, ਤਾਂ ਮਹਿਲਾ ਨੇ ਫਿਰ ਆਸ-ਪਾਸ ਲੋਕਾਂ ਤੋਂ ਮਦਦ ਮੰਗੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਵੀ ਵੇਖੇ ਨੇ, ਜਿਸ ਤੋਂ ਬਾਅਦ ਇਨ੍ਹਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਰਵਾਲੀ ਤੋਂ ਸਾਹਮਣੇ ਆਇਆ, ਜਿੱਥੇ ਇੱਕ ਮਹਿਲਾ ਪ੍ਰਿੰਸੀਪਲ ਨੂੰ ਹਿਪਨੋਟਾਈਜ਼ ਕੀਤਾ ਗਿਆ, ਜਿਸ ਤੋਂ ਬਾਅਦ ਵੱਡੀ ਠੱਗੀ ਨੂੰ ਅੰਜਾਮ ਦਿੱਤਾ ਗਿਆ। ਮੈਨੇ ਕਹਾ ਮੈਂ ਤਾਂ ਜਾਣਤੀ ਨਹੀਂ ਹਾਂ, ਬੋਲੇ ਮਾਤਾ ਜੀ ਮੈਂ ਹਰਿਦੁਆਰ ਸੇ ਆਇਆ ਹੂੰ, ਆ ਮੇਰੀ ਮਦਦ ਕਰੋ, ਜਾਨ ਜਾਨ ਬਤਾ ਦੋ। ਫਿਰ ਬਸ ਮੈਂ ਖੜੀ ਹੋ ਗਈ, ਉਹ ਪੁੱਛਣ ਲੱਗਿਆ, ਬਸ ਫਿਰ ਐਸੇ ਹੀ ਆਪਕੇ ਇੱਕ ਬੇਟਾ ਹੈ, ਯੇ ਹੈ, ਵੋ ਹੈ, ਇਸ ਤਰ੍ਹਾਂ ਕੀ ਬਾਤੇਂ ਕਰਕੇ ਬਸ ਵੋ ਫਿਰ ਮੈਨੂੰ ਤਾਂ ਸਭ ਕੁਛ ਨਿਕਾਲ ਨਿਕਾਲ ਕੇ। ਕਿਆ ਕਿਆ ਚੀਜ਼ ਥੀ ਆਪਕੀ? 4 ਚੂੜੀ ਥੀ, 2 ਅੰਗੂਠੀ ਥੀ, ਕਾਨੋ ਥੀ, ਪਰਸ ਥਾ, ਉਸਮੇ ਮੇਰਾ ਮੋਬਾਈਲ ਥਾ, ਔਰ 1200 ਰੁਪਏ। ਮੇਰਾ ਮੂੰਹ ਇਧਰ ਥਾ ਜੀ, ਮੈਂ ਉਨਕੋ 2-4 ਕਦਮ ਇਧਰ ਚਲਨੇ ਕੇ ਲੀਏ ਕਹਾ, ਵੋ ਲੈ ਕੇ ਚਲੇ ਗਏ, ਮੈਂ ਉਧਰ ਸੀਧੀ ਨਿਕਲੀ, ਵੋ ਇਧਰ ਸੇ ਇਸ ਸਾਈਡ ਗਏ ਜਾਂ ਇਧਰ। ਔਰ ਆਪਣੇ ਆਦਮੀ ਥੇ? ਦੋ ਥੇ, ਬਾਈਕ ਵਗੈਰਾ? ਇੱਕ ਵੋ ਐਸਾ ਹੀ ਥਾ, ਵੋ ਵੀ ਜੈਸੇ ਮੇਰੀ ਤਰ੍ਹਾਂ ਹੀ ਅਨਜਾਨ ਬਣਾ ਹੁਆ ਥਾ, ਜੈਸੇ ਬਈ ਇਸਕੋ ਵੀ ਕੁਛ ਪਤਾ ਹੀ ਨਹੀਂ, ਪਰ ਵੋ ਉਨਕਾ ਮਿਲਾ ਹੁਆ ਥਾ। ਹਿਪਨੋਟਾਈਜ਼ ਕਰਕੇ ਪ੍ਰਿੰਸੀਪਲ ਦੇ ਨਾਲ ਮਾਰੀ ਵੱਡੀ ਠੱਗੀ। ਰਾਸਤਾ ਪੁੱਛਣ ਦੇ ਬਹਾਨੇ ਮਹਿਲਾ ਨਾਲ ਸ਼ੁਰੂ ਕੀਤੀ ਗੱਲਬਾਤ, ਫਿਰ ਗੱਲਾਂ-ਗੱਲਾਂ ਦੇ ਵਿੱਚ ਕਰ ਲਿਆ ਹਿਪਨੋਟਾਈਜ਼। ਮਹਿਲਾ ਨੇ ਖੁਦ ਉਤਾਰ ਕੇ ਦਿੱਤੇ ਆਪਣੇ ਗਹਿਣੇ ਅਤੇ ਪਰਸ। ਜਦੋਂ ਤੱਕ ਆਇਆ ਹੋਸ਼, ਠੱਗ ਹੋ ਗਿਆ ਸੀ ਫਰਾਰ।